ਜਨੂਬੀ ਪੰਜਾਬ ਵਿੱਚ ਕਾਤਿਲ ਸੀਜ਼ਨ ਇਨਫਲੂਐਂਜ਼ਾ ਹਕਬਈ ਜਾਨ ਨਿਗਲ ਗਿਆ ਨਿਸ਼ਤਰ ਹਸਪਤਾਲ ਮੁਲਤਾਨ ਵਿੱਚ ਮਰੀਜ਼ਾ ਦਮ ਤੋੜ ਗਈ ਕਾਤਿਲ ਵਾਇਰਸ ਤੋਂ ਮਰਨ ਵਾਲਿਆਂ ਦੀ ਤਾਦਾਦ 38 ਤੱਕ ਪਹੁੰਚ ਗਈ 6 ਬੇ ਮਰੀਜ਼ ਹਸਪਤਾਲ ਦਾਖਲ ਸਭ ਤੋਂ ਵੱਡੀ ਜਮਹੂਰੀਅਤ ਦੇ ਦਾਅਵੇਦਾਰ ਭਾਰਤ ਦੇ ਯੋਮੇ ਜਮਹੂਰੀਅਤ ਤੇ ਪੂਰੀ ਦੁਨੀਆ 'ਚ ਕਸ਼ਮੀਰੀਆਂ ਅੱਜ ਯੋਮੇ ਸਿਆਹ ਮਨਾਇਆ ਭਾਰਤ ਦੇ ਵਹਿਸ਼ੀਆਨਾ ਮਜ਼ਾਲਿਮ ਕੋ ਉਜਾਗਰ ਕਰਨ ਤੇ ਹੱਕੇ ਖੁਦ ਇਰਾਦਿਆ ਸੰਗੇ ਕਸ਼ਮੀਰ ਸਮੇਤ ਪੂਰੀ ਦੁਨੀਆ 'ਚ ਮੁਜ਼ਾਹਰੇ ਤੇ ਰੇਲੀਆਂ ਅਮਰੀਕਾ ਤਾਲਿਬਾਨ ਤੇ ਹਕਾਨੀ ਨੈਟਵਰਕ ਨਾਲ ਤਾਲੁਕ ਦੇ ਇਲਜ਼ਾਮ ਵਿੱਚ 2 ਪਾਕਿਸਤਾਨੀਆਂ ਤੇ 4 ਅਫਗਾਨ ਬਾਸ਼ਿੰਦਿਆਂ ਤੇ ਪਾਬੰਦੀਆਂ ਲਾ ਦਿੱਤੀਆਂ ਅਮਰੀਕਾ ਤਮਾਮ ਅਸਾਸੇ ਮਨਜਮਿਦ ਕਾਰੋਬਾਰ ਵੀ ਨਹੀਂ ਕਰ ਸਕਦੇ ਪਾਕਿਸਤਾਨ ਤੋਂ ਤਾਲਿਬਾਨ ਤੇ ਹਕਾਨੀ ਨੈਟਵਰਕ ਦੇ ਖਿਲਾਫ ਮਜ਼ੀਦ ਕਾਰਵਾਈਆਂ ਦਾ ਮੁਤਾਲਬਾ ਵੀ ਦੁਹਰਾ ਦਿੱਤਾ